कांस्टेंट इंडिया आयोनाइजेशन कांस्टेंट ऑफ एसिड बेस एंड वाटर फर्स्ट ऑफ ऑल पढ़ना हुआ आयोनाइजेशन कांस्टेंट ऑफ एसिड इनु डिनोट करते हैं की ई दी नाल एसिड तक एसिड दी कोल हाइड्रोजन दी हुंदा ही है जिदा मैं इथे एच ही लिख देना ई दी जगह ते जो मर्जी को भी सी एल हो सकदा एच एस ओ फोर हो सकदा बट हाइड्रोजन ते हो गई उहदे कोल ठीक है ई जो मर्जी हो सकदा ई हो गया एसिड एसिड ए जो ब्रेक डाउन होया एच प्लस दे विच ते ए माइनस दे विच टूट गया अभी एक्वस अभी एक्वस इन्हां दे विच ब्रेक डाउन होगा ये एसिड गैशियस स्टेट विच भी हो सकदा सॉलिड स्टेट विच भी हो सकदा जिद्दां दा मर्जी होवे जिद्दां वाटर दे कांटेक्ट विच आया इदां ब्रेक डाउन हो जू ਆਪਾਂ k ਕਿੰਨਾ ਲਿਖੀਦਾ ਹੁੰਦਾ ਹੀ ਇਕਵਿਲੀਬ੍ਰੀਅਮ ਕਾਂਸਟੈਂਟ ਪਹਿਲੋਂ ਇਹਨਾਂ ਨੂੰ ਲਿਖੀਦਾ h+ ਨੂੰ ਫਿਰ ਕਿੰਨੂੰ ਲਿਖਣਾ a- ਨੂੰ ਤੇ ਵੀ ਠਾ ਕੀ ਆ ਜਾਊਗਾ he ਠੀਕ ਹੈ ਤੇ ਇਹ ਜੇ ਐਸਿਡ ਦੀ ਗੱਲ ਹੁੰਦੀ ਭਈ k ਨਹੀਂ ਰਹਿ ਗਿਆ k ਤੋਂ ਕੀ ਬਣ ਗਿਆ ke ਬਣ ਗਿਆ ਜਿਹਨੂੰ ਆਪਾਂ ਡਿਸੋਸੀਏਸ਼ਨ ਕਾਂਸਟੈਂਟ ਵੀ ਕਹਿ ਸਕਦੇ ਹਾਂ ਆਇਓਨਾਈਜੇਸ਼ਨ ਕਾਂਸਟੈਂਟ ਵੀ ਕਹਿ ਸਕਦੇ ਕੋਈ ਚੀਜ਼ ਡਿਸੋਸੀਏਟ ਹੋਈ ਟੁੱਟੀ ਆਏ ਤੇ ਜੇ ਆ ਚੀਜ਼ ਦੀ ਮੋਲੈਰਿਟੀ ਦਿੱਤੀ ਵੀ 1 ਮੋਲ ਮੋਲ ਦਿੱਤੇ ਨੇ ਪਹਿਲੋਂ 1 ਮੋਲ ਆਫ ਐਸਿਡ ਫਿਰ ਆ 1 ਹੋ ਜਾਊਗਾ ਮੋਲ ਦਿੱਤਾ ਕਿਸੇ ਵੋਲੀਅਮ ਦੇ ਵਿੱਚ ਜਿੱਦਾਂ 1 ਲੀਟਰ ਚ 1 ਮੋਲ ਤੇ ਆਪਾਂ ਇਹਨੂੰ 1 ਕਰਤਾ ਕੀ ਬਚਿਆ ਕੇ ਏ ਕੇ ਦੇ ਬਰਾਬਰ ਆ ਗਿਆ ਐਚ ਪਲੱਸ ਤੇ a- t ਪ੍ਰੋਡਕਟ ਦੇ ਬਰਾਬਰ ਆ ਗਿਆ ਤੇ ਇਹ ਇੱਕ ਇਹਦੇ ਸਾਹਮਣੇ ਸਾਹਮਣੇ ਲਿਖਿਆ ਡਾਇਰੈਕਟ ਹੀ ਲਿਖਿਆ ਵਾ ਜਿੰਨਾ h+ ਹੋਊਗਾ ਮੋਰ ਦਾ ਕਨਸੈਂਟ੍ਰੇਸ਼ਨ ਆਫ ਮੋਰ ਦਾ ਕਨਸੈਂਟ੍ਰੇਸ਼ਨ ਆਫ h+ ਆਇਨ ਜਿੰਨੇ h+ ਆਇਨ ਜ਼ਿਆਦਾ ਹੋਣਗੇ ਓਨੀ ਲਾਰਜ ਵੈਲਿਊ ke ਦੀ ਹੋਣੀ ਲਾਰਜਰ ਦਾ ਵੈਲਿਊ ਆਫ ke ke ਤੇ ਜਿੰਨਾ ke ਜ਼ਿਆਦਾ ਹੋਊਗਾ ਉਹਨਾਂ ਸਟਰੋਂਗ ਐਸਿਡ ਹੁੰਦਾ ਸਟਰੋਂਗ ਵਿਲ ਬੀ ਦਾ ਐਸਿਡ ਜਿੰਨੇ h+ ਜ਼ਿਆਦਾ ਉਹਨਾਂ ke ਜ਼ਿਆਦਾ ਜਿੰਨਾ ke ਜ਼ਿਆਦਾ ਉਹਨਾਂ ਐਸਿਡ ਵਧੀਆ ਸਟਰੋਂਗ ਵਿਲ ਬੀ ਦਾ ਐਸਿਡ ਤੁਹਾਨੂੰ ਕੀ ਯਾਦ ਰਹਿਣਾ ਚਾਹੀਦਾ ਕਿ ਇੱਥੇ ਮੈਂ ਲਿਖਦਾ ਪਿਆ ਵਾਂ ਕਿ ਜੇ h+ ਦੀ ਕਨਸੈਂਟ੍ਰੇਸ਼ਨ ਜ਼ਿਆਦਾ के ए ज्यादा ते स्ट्रॉंग की हो गया एसिड एक और गल याद रख लो के ए हुंदा जे माइनस लॉग टू द बेस 10 पी के ए इस तरह हुण इथे नेगेटिव साइन है जे के ए ज्यादा होवे ना ते पी के ए नेगेटिव लिखिया कट जांदा ए स्मॉल हुंदा ਫਿਰ ਤੁਹਾਨੂੰ ਇਹ ਯਾਦ ਰਵੇ ਜੇ ਕੇ ਏ ਜ਼ਿਆਦਾ ਤੇ ਸਟਰੋਂਗ ਐਸਿਡ ਜੇ ਪੀ ਕੇ ਏ ਘੱਟ ਆ ਤੇ ਸਟਰੋਂਗ ਐਸਿਡ ਕੇ ਏ ਜ਼ਿਆਦਾ ਹੋਣਾ ਚਾਹੀਦਾ ਪੀ ਕੇ ਏ ਘੱਟ ਹੋਣਾ ਚਾਹੀਦਾ ਕਲੀਅਰ ਹੋ ਜਾਊਗਾ ਇਹ ਵੀ ਵੈਲਿਊ ਹੁੰਦੀ ਕਿਸੇ ਦੀ ਜੇ ਤੁਹਾਨੂੰ ਕੁਐਸਚਨ 'ਚ ਪੀ ਕੇ ਏ ਦੀ ਵੈਲਿਊ ਦਿੱਤੀ ਦੋ ਐਸਿਡ ਆ ਜਿਹਦੀ ਪੀ ਕੇ ਏ ਵੈਲਿਊ ਘੱਟ ਹੁੰਦੀ ਉਹ ਸਟਰੋਂਗ ਐਸਿਡ ਹੁੰਦਾ ਜਿਹਦੀ ਕੇ ਏ ਵੈਲਿਊ ਜ਼ਿਆਦਾ ਹੁੰਦੀ ਉਹ ਸਟਰੋਂਗ ਐਸਿਡ ਹੁੰਦਾ ਠੀਕ ਹੈ ਇੱਥੇ ਆਪਾਂ ਕਹਿ ਸਕਦੇ ਹਾਂ P K A ਕੀ ਹੋਣਾ ਚਾਹੀਦਾ ਸਮਾਲ ਹੋਣਾ ਚਾਹੀਦਾ ਠੀਕ ਹੈ ਐਗਜ਼ਾਮਪਲ ਚ ਮੈਂ ਇੱਥੇ ਲਿਖ ਦਿੰਦਾ ਨਾਲ ਹੀ ਜਿਵੇਂ ਹੋਵੇ HCl 1 ਮੋਲ ਆਫ HCl 1 ਮੋਲ ਆਫ HCl ਇਨ 1 ਲੀਟਰ ਵੈਸਲ ਤੇ ਇਹ ਕੀ ਆਊਗਾ HCl H plus Cl minus 1 मोल 1 लीटर ਦੇ ਵਿੱਚ ਤੇ ਦੀ ਮੋਲੈਰਿਟੀ ਦੀ ਕਨਸੈਂਟ੍ਰੇਸ਼ਨ 1 ਹੀ ਹੋ ਗਈ HCl ਦੀ ਤੇ ਜਦੋਂ ਆਪਾਂ K ਕੱਢਿਆ ਸਿਰਫ ਬਚੇ H plus ਤੇ
Cl माइनस ते एदा H प्लस काफी ज्यादा होंदा ते के ए भी काफी ज्यादा होगा जे के ए ज्यादा ते ए एसिड केड़ी कैटेगरी च होंदा स्ट्रांग एसिड दी कैटेगरी च करियो लो नोट दे अंदर समझो काफी इंपॉर्टेंट है एक लॉ बनाना अपना इधर जब अपना इस कैटेगरी को पढ़ते पे एसिड वाली कैटेगरी में इधर अंदर नोट अपना की बनूंगा देखियो कोई ना कोई एसिड है जिधर अपन हमने लिखिया है याद रखियो मैं हम केड़े एसिड की गल कर लगा वीक एसिड जी जेड़ा 100% डिसोसिएट नहीं होता पूरा नहीं टूटता ता करके इथे केड़े एरो पोनी आपा इक्विलिब्रियम वाले फॉरवर्ड ते बैकवर्ड वाले आगे ये केड़े केड़े विच ब्रेक डाउन होया H+ ते A- दे विच जेकर इथे आपा मोल लिखने होन शुरू च मोल्स आपा मान के चलदे एदा 1 मोल की ਤੇ ਇਧਰ ਕੀ ਹੀ 0 ਤੇ ਇੱਥੇ ਵੀ ਕੀ ਹੀ 0 ਜਦੋਂ ਟਾਈਮ ਕਿਹਦੇ ਬਰਾਬਰ ਹੀ 0 ਤੇ ਆਪਾਂ ਨੂਮੈਰੀਕਲ ਕਰਦੇ ਨੇ ਇਦਾਂ ਦੇ ਜਦੋਂ ਇਕੁਇਲੀਬ੍ਰੀਅਮ ਆਇਆ ਕੀ ਲਿਖਿਆ ਇੱਥੇ 1 ਮਾਈਨਸ ਜਾਂ ਇਹਨੂੰ ਹੀ ਵੇਖ ਲੈ ਕਰੋ ਕੋਈ ਨਹੀਂ 1 ਮਾਈਨਸ 1x ਤੇ 0 ਪਲੱਸ 1x ਇੱਥੇ ਵੀ ਆ ਜਾਊਗਾ 1x ਠੀਕ ਹੈ ਹੁਣ ਆਪਾਂ ਜਿਹੜੀ ਚੀਜ਼ ਇੱਥੇ ਮੈਂ ਸਿੰਬਲ ਬਦਲਣਾ ਸਿਰਫ ਬਾਕੀ ਉਹ ਹੀ ਆ ਬਸ x ਦੀ ਜਗ੍ਹਾ ਤੇ ਅਲਫਾ ਲਿਖਦੇ ਲੱਗਾ ਬਾਕੀ ਸਭ ਕੁਝ ਉਹ ਹੀ ਆ ਅਲਫਾ ਦਾ ਮਤਲਬ ਹੈ ਟੁੱਟਣਾ ਕਿੰਨੇ ਡਿਗਰੀ ਟੁੱਟਣਾ ਡਿਗਰੀ ਆਫ ਡਿਸੋਸੀਏਸ਼ਨ x ਦਾ ਮੀਨਿੰਗ ਵੀ ਇਹੋ ਹੀ ਹੁੰਦਾ ਇੱਥੇ ਅਲਫਾ ਜਿਹੜਾ ਵਰਤਦੇ ਪਏ ਇਹਨੂੰ ਕੀ ਕਹਿਣਾ ਵਾ ਡਿਗਰੀ ਆਫ ਡਿਸੋਸੀਏਸ਼ਨ ਇਹ ਤੋਂ ਨੈਕਸਟ ਇਹ ਹਜੇ ਵੀ ਕੀ ਨੇ ਟਾਈਮ ਕਿਹੜਾ ਆ ਗਿਆ ਇਕੁਇਲੀਬ੍ਰੀਅਮ ਵਾਲਾ ਤੇ ਇਹ ਹਜੇ ਵੀ ਕਿਹੜੀਆਂ ਚੀਜ਼ਾਂ ਮੋਲਸ ਇਹਦੇ ਤੋਂ ਬਣਾਉਣੀ ਕਨਸੈਂਟ੍ਰੇਸ਼ਨ ਕਨਸੈਂਟ੍ਰੇਸ਼ਨ ਵਰੀ ਕਿਹਦੇ ਨਾਲ ਡਿਵਾਈਡ ਕਰੀਦਾ ਵੋਲੀਅਮ ਨਾਲ 1 ਮਾਈਨਸ ਅਲਫਾ ਨੂੰ ਹੀ ਵੋਲੀਅਮ ਨਾਲ ਡਿਵਾਈਡ ਕੀਤਾ 1 ਅਲਫਾ ਕੱਲਾ ਅਲਫਾ ਲਿਖ ਲੈਨੇ ਇਹਨੂੰ ਵੀ ਵੋਲੀਅਮ ਨਾਲ ਤੇ ਇਹਨੂੰ ਵੀ ਵੋਲੀਅਮ ਨਾਲ ਇਹ ਆ ਗਈ ਕਨਸੈਂਟ੍ਰੇਸ਼ਨ ਕਲੀਅਰ ਇਹ ਤੋਂ ਬਾਅਦ ਜੇ ਮੈਂ ਇਹ ਵੀ ਐਕਸ ਫਿਰ ਇਹਨੂੰ ਇਦਾਂ ਲਿਖਣਾ ਜੇ ਮੈਂ ਇੱਥੇ ਕੰਪਲੀਟ ਕਰਨਾ ਦੇਖਿਓ ਐਚ ਏ ਨਾਲ ਕਿਹੜੀ ਚੀਜ਼ ਐਚ ਪਲੱਸ ਤੇ ਏ ਮਾਈਨਸ ਇਹ ਮੈਥਡ ਸੈਕਿੰਡ ਜੇ ਜਿਆ ਕੰਪਲੀਟ ਕਰਨਾ ਥੋੜਾ ਇਹ ਵੀ ਨਾਲ ਰਿਲੇਟ ਕਰੀਏ ਇੱਥੇ ਮੈਂ ਸ਼ੁਰੂਆਤ ਕਿਹ ਤੋਂ ਕੀਤੀ ਜੇ ਮੈਂ ਸ਼ੁਰੂਆਤ ਹੀ ਕਨਸੈਂਟ੍ਰੇਸ਼ਨ ਤੋਂ ਕਰਦਾ ਇਹਦੀ ਸੀ ਕਨਸੈਂਟ੍ਰੇਸ਼ਨ ਲਿਖ ਦਿੰਦਾ ਜਦੋਂ ਟਾਈਮ 0 ਹੋਗੀ ਇਹਦੀ 0 ਕਨਸੈਂਟ੍ਰੇਸ਼ਨ ਇਹਦੀ 0 ਜਦੋਂ ਟਾਈਮ ਕੀ ਹੈਗਾ 0 ਤੁਸੀਂ ਇਦਾਂ ਵੀ ਕਰ ਸਕਦੇ ਠੀਕ ਹੈ ਮੋਲ ਨਹੀਂ ਲਿਖਣੇ ਵੋਲੀਅਮ ਨਾਲ ਡਿਵਾਈਡ ਨਹੀਂ ਕਰਨਾ ਤੁਸੀਂ ਇਹਦੀ ਜਗ੍ਹਾ ਤੇ ਸੀ ਕਨਸੈਂਟ੍ਰੇਸ਼ਨ ਲਿਖ ਦਿਓ ਪਰ ਜਦੋਂ ਇਕੁਇਲੀਬ੍ਰੀਅਮ ਆਇਆ ਸੀ ਚੋਂ ਮਾਈਨਸ ਕਰਿਓ ਸੀ ਅਲਫਾ ਆ ਨੰਬਰ ਜਿਹਾ ਮੈਨੂੰ ਲਿਖਣਾ ਠੀਕ ਹੈ ਤੇ ਅੱਗੇ ਕੀ ਆਊਗਾ 0 ਚ ਪਲੱਸ ਕਰਨਾ ਜੋ ਇਧਰ ਮਾਈਨਸ ਕੀਤਾ ਸੀ ਸੀ ਅਲਫਾ 0 ਚ ਪਲੱਸ ਕੀਤਾ ਇਹ ਕਦੋਂ ਲਿਖਿਆ ਜਦੋਂ ਟਾਈਮ ਇਕੁਇਲੀਬ੍ਰੀਅਮ ਆ ਗਿਆ ਦੱਸੋ ਆ ਗਈ ਚੀਜ਼ ਕਲੀਅਰ ਹੁਣ ਆਪਾਂ ਇਹਨੂੰ ਪਹਿਲੋਂ ਕੰਪਲੀਟ ਕਰੀਏ ਹੁਣ ਲਿਖਣਾ ਕੇ ਏ ਐਸਿਡ ਆ ਤਾਂ ਕਰਕੇ ਏ ਕੇ ਏ ਕਿੱਦਾਂ ਲਿਖਣਾ ਪਹਿਲੋਂ ਏ ਦੀ ਕਨਸੈਂਟ੍ਰੇਸ਼ਨ ਅਲਫਾ ਅਪੋਨ ਵੀ ਫਿਰ ਏ ਦੀ ਕਨਸੈਂਟ੍ਰੇਸ਼ਨ ਅਲਫਾ ਅਪੋਨ ਵੀ ਹੇਠਾਂ ਕੀ ਆਊਗਾ ਲਾਸਟ ਏ ਦੀ ਕਨਸੈਂਟ੍ਰੇਸ਼ਨ 1 ਮਾਈਨਸ ਅਲਫਾ ਅਪੋਨ ਵੀ ਅੱਗੇ ਜਾ ਕੇ ਕੀ ਬਣੂਗਾ ਅਲਫਾ ਤੇ ਅਲਫਾ ਵੀ ਤੇ ਵੀ ਹੇਠਾਂ ਕੀ ਬਣਿਆ 1 ਮਾਈਨਸ ਅਲਫਾ ਤੇ ਵੀ ਇੱਥੇ ਦੇਖਿਓ 1 ਮਾਈਨਸ ਅਲਫਾ ਦਾ ਕੀ ਰੂਲ ਆ ਅਲਫਾ ਜਿਹੜਾ ਇਹ ਕਿਹੜਾ ਐਸਿਡ ਆ ਵੀਕ ਐਸਿਡ ਤੇ ਵੀਕ ਐਸਿਡ ਦਾ ਅਲਫਾ ਹੁੰਦਾ ਕਿੰਨੇ ਪਰਸੈਂਟ ਦੱਸਿਆ ਨਾ ਤੇ ਪਰਸੈਂਟ ਇਹਨੂੰ ਮੈਕਸਿਮਮ ਇਹਨਾਂ ਦਾ ਮਿਨੀਮਮ ਹੋਰ ਵੀ ਘੱਟ ਹੋ ਸਕਦਾ ਇਹਨੂੰ ਫ੍ਰੈਕਸ਼ਨ ਚ ਬਦਲੀਏ ਕਿੰਨਾ ਆਊਗਾ 0.05 ਹੁਣ ਆ ਦੇਖੋ 1 ਆ
1 चो माइनस कीता 0.05 कोई फर्क पाऊगा? मेरे अकॉर्डिंग ते नहीं पैना चाहिदा, 1 काफी बड़ा, उदे चो बड़ी छोटी चीज माइनस होंदी, फिर आपां कह सकदे आ 1 माइनस अल्फा नु की लिख सकदे आ आपां 1 ही लिख सकदे, 0.999 को जोड़ा ते नु 1 ही लिख सकदे। ठीक, इथे की आऊगा फिर 1 माइनस अल्फा दी जगह ते 1 के ठां दी कैंसल हो गया, की बचिया अल्फा स्क्वायर ते हेठा वी बचिया के दे इक्वल या के ए दे, के ए दे वी नु परले बन्नी ले जिए, अल्फा स्क्वायर इज इक्वल टू के ए ते वी कॉन्स आ जेड़ा कांस्टेंट या कांस्टेंट ते इक्वल टू दी जगह ते की पा दिए डायरेक्टली प्रोपोर्शनल जा प्रोपोर्शनल दे नाल अल्फा उसी तरह अल्फा होने दे ना ना राल जे आ प्रोपोर्शनल जे आ अल्फा जे ठीक है तो इनू इदां दा पा लेंगे प्रोपोर्शनल इनू इदां ही रख लेंगे ठीक अगे कौन बचिया स्क्वायर का अंडर रूट इनू वर्डिंग विच लिखण लगा हुण ए ए हुंदा जे कला ओस्टवाल्ड ओस्टवाल्ड डिल्यूशन दा ਇਹਦੀ ਸਟੇਟਮੈਂਟ ਲਿਖਾਉਣਾ ਤੁਹਾਨੂੰ ਐਗਜ਼ਾਮ ਚ ਪੁੱਛਿਆ ਜਾਊਗਾ ਕਿ ਓਸਟਵਾਲਡ ਡਿਲੂਸ਼ਨ ਲਾ ਕੀ ਹੁੰਦਾ ਤੇ ਆ ਚੀਜ਼ ਨੂੰ ਵਰਡਿੰਗ ਵਿੱਚ ਲਿਖਣਾ ਹੈ ਕਿਦਾਂ ਹੀ ਸਾਰਾ ਪਤਾ ਲੱਗਾ ਠੀਕ ਹੈ ਹੁਣ ਇਹ ਇਹਦਾ ਹੀ ਮੈਂ ਦੂਜਾ ਰੂਪ ਲਿਖਾਉਣਾ ਵਾ ਦੇਖਿਓ ਇੱਧਰ ਸਮਝਿਓ ਕਿ ਇਹ ਕਿਵੇਂ ਲਿਖੀਦਾ ਪਹਿਲੋਂ ਇਹਨੂੰ ਲਿਖਣਾ ਸੀ ਅਲਫਾ ਨੂੰ ਫਿਰ ਕੀ ਲਿਖਣਾ ਪਹਿਲੋਂ ਇਹਨਾਂ ਦੋਨਾਂ ਦੀ ਪ੍ਰੋਡਕਟ ਲਿਖਣੀ ਸੀ ਅਲਫਾ ਤੇ ਸੀ ਅਲਫਾ ਹੇਠਾਂ ਕੀ ਲਿਖਣਾ ਸੀ ਕਾਮਨ ਕੱਢ ਲਈਏ 1 माइनस अल्फा ਇਥੋਂ c ਕਾਮਨ ਕੱਢ ਲਿਆ ਤੇ ਕੀ ਰਹਿ ਗਿਆ 1 माइनस अल्फा ਇੱਕ c ਦੇ ਨਾਲ c ਕੈਨਸਲ ਹੋ ਗਿਆ c ਬਚਿਆ ਇੱਥੇ अल्फा ਤੇ अल्फा ਤੇ 1 माइनस अल्फा ਨੂੰ ਕੀ ਲਿਖੀਦਾ 1 ਲਿਖਿਆ ਇਹ ਤੋਂ ਬਾਅਦ ਫਿਰ ਵੇਖਿਓ k a ਇਹ ਕਿਹਦੇ ਇਕੁਅਲ ਆ ਗਿਆ k a ਦੇ c ਉਧਰ ਜਾ ਕੇ ਡਿਵਾਈਡ ਹੋਊਗਾ ਕੀ ਆ ਜਾਣਾ अल्फा स्क्वायर is equal to k a ਦੇ ਹੇਠਾਂ ਕੀ ਆ ਜਾਊਗਾ ਪ੍ਰੋਪੋਰਸ਼ਨ ਇਕੁਅਲ ਟੂ ਤੇ ਕਨਸਟੈਂਟ ਹਟਾ ਕੇ ਪ੍ਰੋਪੋਰਸ਼ਨਲ ਆ ਜਾਊ ਇੱਥੇ ਕੀ ਆਉਣਾ ਅਲਫਾ ਸਕੁਅਰ ਪ੍ਰੋਪੋਰਸ਼ਨਲ ਟੂ 1 ਬਾਏ ਸਕੁਅਰ ਰੂਟ ਹਟ ਕੇ ਰੂਟ ਪੈ ਜਾਊਗਾ ਇਹਨੂੰ ਇਦਾਂ ਵੀ ਲਿਖ ਲਈਦਾ ਜੇ v ਫॉर ਵੋਲੀਅਮ ਜੇ ਵੋਲੀਅਮ ਲਿਖਣਾ ਤੇ ਡਾਇਰੈਕਟਲੀ ਪ੍ਰੋਪੋਰਸ਼ਨਲ ਜੇ ਕਨਸੈਂਟ੍ਰੇਸ਼ਨ ਲਿਖਣੀ ਤੇ ਇਨਵਰਸਲੀ ਇਹ ਦੋਨੋਂ ਓਸਟਵਾਲਡ ਡਿਲੂਸ਼ਨ ਦਾ ਹੀ ਲੱਗਦਾ ਪਤਾ ਠੀਕ ਹੈ ਹੁਣ ਇਹ ਇਹ ਬਾਅਦ ਚ ਲਿਖਿਓ ਪਹਿਲੋਂ ਵਰਡਿੰਗ ਵਿੱਚ ਜਿੱਦਾਂ ਨੋਟ ਪਾ ਕੇ ਹੈਡਿੰਗ ਹੀ ਲਾ ਲਓ ਓਸਟਵਾਲਡ ਡਿਲੂਸ਼ਨ ਦਾ ਆ ਚੀਜ਼ ਲਿਖਿਓ ਓਸਟਵਾਲਡ ਡਿਲੂਸ਼ਨ ਦਾ ਓਸਟਵਾਲਡ ਡਿਲੂਸ਼ਨ ਦਾ ਲਿਖਿਓ ਦਾ ਡਿਗਰੀ ਆਫ ਡਿਸੋਸੀਏਸ਼ਨ ਆ ਵੇਖਿਓ ਪਹਿਲੋਂ ਇਦਾਂ ਲਿਖਣਾ ਨਾ डिग्री ऑफ डिसोसिएशन केड़े एसिड दी वीक एसिड दी इज डायरेक्टली प्रोपोर्शनल टू स्क्वायर रूट ऑफ वॉल्यूम ठीक है एसिड भी कह सकदे इलेक्ट्रोलाइट भी कह सकदे जेड़ा टूट गया इलेक्ट्रोलाइट ही आ इन विच लिखो द डिग्री ऑफ डिसोसिएशन ब्रैकेट च अल्फा पा लो ब्रैकेट क्लोज ऑफ अ वीक इलेक्ट्रोलाइट जा एसिड लिखना लिख सकदे इलेक्ट्रोलाइट लिखो ज्यादा बेटर है ऑफ अ वीक इलेक्ट्रोलाइट इज डायरेक्टली प्रोपोर्शनल टू इज डायरेक्टली प्रोपोर्शनल टू स्क्वायर रूट ऑफ डिल्यूशन स्क्वायर रूट ऑफ डिल्यूशन स्क्वायर रूट ऑफ वॉल्यूम नु डिल्यूशन कह देगा क्योंकि जदों आपा वाटर ऐड करते हैं ध्यान ना सुनियो एसिड है ना एसिड च वाटर ऐड कीता डाइल्यूट बनाने पे जिदा कंसंट्रेटेड एसिड या उदे च वाटर ऐड कीता ते उनु केड़ा एसिड बनाने पे डाइल्यूट डाइल्यूशन दा मतलब वाटर नु ऐड करना वाटर ऐड कीता ते वॉल्यूम ते वधना ही वधना फिर जिथे डाइल्यूशन होंदी उथे वॉल्यूम भी लिंक्ड है करता करके अपन डाइल्यूशन भी लिख सकते और बाकी आ चीज लिखियो लिखो द डिग्री ऑफ डिसोसिएशन The degree of dissociation of weak electrolyte is inversely proportional to
इज इनवर्सली प्रोपोर्शनल टू स्क्वायर रूट ऑफ कंसंट्रेशन, इज इनवर्सली प्रोपोर्शनल टू स्क्वायर रूट ऑफ कंसंट्रेशन। ठीक है, बोर्ड पे जो भी है गाउन कंप्लीट कर लो। एसिड कंप्लीट, आयोनाइजेशन कांस्टेंट ऑफ वाटर, इन के डबल यू ना डिनोट करीदा। रिएक्शन देखियो, वाटर वाटर ना रिएक्ट कीता, इथे एक वाटर एसिड की तरह काम करूंगा, एक वाटर बेस की तरह काम करूंगा। एसिड का काम होता प्रोटोन नु डोनेट करना, ए अपना एच नु दे दूंगा, एच थ्री हो जाएंगे दो तो, ते ऊपर केड़ा चार्ज आ जाऊगा पॉजिटिव, ते इथे इको एच रह गया, ओ एच की आ गया नेगेटिव, इन ऑटो प्रोटोलिसिस भी कह देगा। जो भी होया वापी अपने ही प्रोटोन ट्रांसफर कराता अपने मॉलिक्यूल नु, ऑटो प्रोटोलिसिस। अगे देखियो इहदा इक्विलिब्रियम कांस्टेंट के लिखिए, कितना लिखा के पहले इन्ना नु लिखी दा H3O पॉजिटिव OH नेगेटिव, फिर ए आवी लिक्विड फॉर्म थी, आवी लिक्विड फॉर्म थी, आ एक्वस फॉर्म च बन गया, आ एक्वस फॉर्म च बन गया। जदों एक्वस दे लागे लिक्विड होवे ना, उदों लिक्विड दी कंसंट्रेशन यूनिटी हुंदी 1 हुंदी, एदा भी 1 लिख देना, इनू भी 1 लिख देना। ठीक है, जदों एक्वस दे कोल लिक्विड आ, लिक्विड ज्यादा संघना एक्वस नालों, ते उदी कंसंट्रेशन की होगी 1। जदो लिक्विड दे कोल सॉलिड या सॉलिड दी कंसंट्रेशन 1। ठीक है, जेड़ा ज्यादा संघना होया करूंगा दूजे ना कंपेयर कर लिया करना। क्वेश्चन कराऊंगा इदा दे, के दी के दे पैर च की लिख दी आपा डब्ल्यू, के डब्ल्यू के दे बराबर आ गया हाइड्रोनियम आयन प्लस ओएच नेगेटिव आयन। हुण आ देखो आ हाइड्रोनियम आयन बणिया किदा एच दे मिलण दे नाल, ते सानू ए याद रहना चाहिदा जिन्ने एच प्लस दी ना ओने हाइड्रोनियम आयन बने होंगे, ए गल ना भुल्लियो कि जिन्ने एच होणगे इहदे कोले नू देण दे लई ओने हाइड्रोनियम आयन बने होंगे, फिर आपां अगे ए दी जगह ते एच प्लस भी लिख सकदे। ठीक है, ते नाल की आ जाऊगा ओएच नेगेटिव के डबल यू दी वैल्यू। ਇਹ ਹੈਗਾ ਜੇ ਡਿਸੋਸੀਏਸ਼ਨ ਕਨਸਟੈਂਟ ਜਾਂ ਆਇਓਨਾਈਜੇਸ਼ਨ ਕਨਸਟੈਂਟ ਕਿਹਦਾ ਵਾਟਰ ਦਾ, ਇਹ ਚ ਖਿਆਲ ਕੀ ਰੱਖਣਾ ਇਹ ਇਹਦੀ ਵੈਲਿਊ ਜਿਹੜੀ ਨਾ ਕਿਹਦੇ ਤੇ ਡਿਪੈਂਡ ਕਰਦੀ ਟੈਂਪਰੇਚਰ ਤੇ, ਡਿਪੈਂਡ ਅਪੋਨ ਟੈਂਪਰੇਚਰ। ਜੇਕਰ ਟੈਂਪਰੇਚਰ ਹੈਗਾ ਰੂਮ ਟੈਂਪਰੇਚਰ 25 ਡਿਗਰੀ ਸੈਲਸੀਅਸ ਯਾਨੀ ਕਿ 298 ਕੈਲਵਿਨ, ਉਦੋਂ ਕੇ ਡਬਲ ਯੂ ਕੇ ਦੇ ਬਰਾਬਰ ਹੁੰਦਾ ਵਾ 10 ਦੀ ਪਾਵਰ ਮਾਈਨਸ 14 ਦੇ। ਜੇ ਟੈਂਪਰੇਚਰ ਵੱਧਦਾ ਵਾ 63 ਡਿਗਰੀ ਸੈਲਸੀਅਸ ਹੋ ਜਾਂਦਾ ਤੇ ਕੇ ਡਬਲ ਯੂ ਵੀ ਵੱਧਦਾ। ਇਹਨਾਂ ਸੋਚੋ 14 ਤੋਂ 13 ਘਟ ਗਿਆ ਨੈਗੇਟਿਵ ਲੱਗਾ, ਕੇ ਡਬਲ ਯੂ ਵੱਧ ਜਾਂਦਾ 10 ਦੀ ਪਾਵਰ 14 ਤੋਂ ਵੱਧ ਕੇ 10 ਦੀ ਪਾਵਰ ਮਾਈਨਸ 13 ਹੋ ਗਿਆ। ਇਹ ਕਿਹਦੇ ਤੇ ਡਿਪੈਂਡ ਕਰਦਾ ਪਿਆ, ਟੈਂਪਰੇਚਰ ਤੇ। ਜੇ ਟੈਂਪਰੇਚਰ ਘਟਾ ਦਈਏ 11 ਡਿਗਰੀ ਸੈਲਸੀਅਸ ਕਰ ਦਈਏ ਤੇ K ਡਬਲ ਯੂ ਆ ਗਿਆ 0.3 10 ਦੀ ਪਾਵਰ ਮਾਈਨਸ 13 10 ਦੀ ਪਾਵਰ ਮਾਈਨਸ 14 ਇਹਦੇ ਨਾਲੋਂ ਘਟ ਗਿਆ। ਅੱਗੇ ਇਹੋ ਹੀ ਸੇਮ, ਹੁਣ ਇਹਦੇ ਨਾਲੋਂ ਕਿੰਨਾ ਘਟ ਗਿਆ, ਨਾਲ ਕਿਹਦਾ ਮਲਟੀਪਲ ਆ ਗਿਆ 0.3, ਇੰਨਾ ਹੀ ਹੁੰਦਾ ਹੈ। ਹੋਇਆ ਕਲੀਅਰ, ਕਿਹਦੇ ਤੇ ਡਿਪੈਂਡ ਕਰਦਾ ਹੈ ਟੈਂਪਰੇਚਰ ਤੇ। ਇਹ ਤੋਂ ਬਾਅਦ ਦੇਖਿਓ ਟਾਈਪਸ ਆਫ ਸੋਲਿਊਸ਼ਨ ਇਹਦੇ ਨਾਲ ਰਿਲੇਟਿਡ ਦੀ ਨੋਟ ਦੇ ਅੰਦਰ ਆਪਾਂ ਲਿਖ ਸਕਦੇ ਹਾਂ ਟਾਈਪਸ ਆਫ ਸੋਲਿਊਸ਼ਨ ਔਨ ਦਾ ਬੇਸਿਸ ਆਫ ਕੇ ਡਬਲਯੂ। ਜੇ ਤੇ ਕੇ ਡਬਲਯੂ ਹੈਗਾ 10 ਦੀ ਪਾਵਰ ਮਾਈਨਸ 14
ਇਹਦਾ ਮੀਨਿੰਗ ਕੀ ਆ ਐਚ ਪਲੱਸ ਜਿਹੜੇ ਆ ਉਹ ਹੈਗੇ 10 ਦੀ ਪਾਵਰ ਮਾਈਨਸ 7 ਓ ਐਚ ਮਾਈਨਸ ਕੀ 10 ਦੀ ਪਾਵਰ ਮਾਈਨਸ 7 ਤਾਂ ਹੀ ਤੇ 14 ਬਣਿਆ ਦੋਵੇਂ ਸੇਮ ਨੇ ਜਿੰਨੇ ਐਚ ਪਲੱਸ ਉਹਨੇ ਓ ਐਚ ਮਾਈਨਸ ਤੇ ਫਿਰ ਸੋਲੂਸ਼ਨ ਜਿਹੜਾ ਹੋਊਗਾ ਜਿਹੜੀ ਗੱਲ ਹੁੰਦੀ ਪਈ ਉਹ ਕਿਹੜਾ ਹੋਣਾ ਨਿਊਟਰਲ ਨਾ ਉਹ ਐਸਿਡਿਕ ਹੋਣਾ ਨਾ ਉਹ ਬੇਸਿਕ ਹੋਣਾ ਜੇਕਰ ਦੂਜਾ ਕੇਸ ਜੇਕਰ ਇਹ ਇਦਾਂ ਵਾ एच प्लस जिहड़े आ आ फर्स्ट केस सेकंड केस देखियो जे एच प्लस ज्यादा नहीं वैल्यू इतनी रहनी जे एच प्लस ज्यादा वा ते ओ एच माइनस घट आ मान लो आ हैगे 10 दी पावर माइनस 8 आ हैगे ज्यादा दा मतलब नेगेटिव च छोटा हुंदा जे आ ज्यादा जे ठीक है 8 ते 6 फिर 14 ही बनना पर हुण ज्यादा कौन आ छे को भुलेखा ना पवे भी छे छोटा ते आ मैं ज्यादा क्यों कह रहा क्योंकि नेगेटिव लगा ते ए केड़ा सोल्यूशन होगा एसिडिक इथे केड़ा ही न्यूट्रल ते ओपोजिट भी एक लिख दियो तीसरी टाइप जदो एच प्लस घट गए ते ओ एच माइनस बढ़ गए ते केड़ा टाइप हो जूगी बेसिक टाइप दा सोल्यूशन एक रह गया नहीं अपना बेस दा इथे मैं लिख दिना नु ध्यान नाल नोट कर लियो एच ना रलियो की लिखना आपा थर्ड आयोनाइजेशन कांस्टेंट ऑफ बेस सिंपल ही आए जिद्दे एसिड समझ लगा सारा सेम ओदा दा ही है बेस कोई लिखिया MOH HOH आऊगा M प्लस ते OH माइनस के लिखिया पहले एम प्लस लिखिया फिर ओ एच माइनस लिखिया एम ओ एच नु 1 कर देना इदी कंसंट्रेशन 1 करता दे दे पैच पी पा देना ओदे पैच ए एच बी ते इथे डबल जू ठीक है बाकी सब कुछ ओदा जिन्ना ज्यादा के वी होऊगा ओना स्ट्रांग बेस होऊगा ठीक है ये अपना टॉपिक कंप्लीट है।